ਕੀ ਬੀਤੀ ਹੋਏਗੀ ਉਸ ਮਾਂ ਤੇ ਜਿਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੀ ਮਾਸੂਮ ਧੀ ਨੇ ਤੜਫ ਤੜਫ ਕੇ ਦਮ ਤੋੜ ਦਿੱਤਾ, ਜਿਸ ਨੂੰ ਕਿ ਇੱਕ ਟਰੱਕ ਕੁਚਲ ਗਿਆ ਸੀ। ਆਪਣੀ ਮਾਂ ਦੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀ ਇਸ ਮਾਸੂਮ ਬੱਚੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਫਿਰ ਸਿਰ ਦੇ ਉੱਤੋਂ ਦੀ ਟਰੱਕ ਦਾ ਟਾਇਰ ਲੰਘ ਗਿਆ। ਮਾਂ ਦੀ ਅੱਖਾਂ ਦੇ ਸਾਹਮਣੇ ਹੀ ਧੀ ਦੀ ਦਰਦਨਾਕ ਮੌਤ ਹੋ ਗਈ ਤੇ ਮਾਂ ਇਹ ਸਦਮਾ ਸਹਾਰ ਨਹੀਂ ਸਕੀ। ਉਸੇ ਵੇਲੇ ਹੀ ਉਹ ਵੀ ਬੇਸੁੱਧ ਹੋ ਗਈ, ਜਿਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਤੁਹਾਨੂੰ ਦਿਖਾਈਆਂ ਵੀ ਨਹੀਂ ਜਾ ਸਕਦੀਆਂ, ਕਿਉਂਕਿ ਇੱਥੇ ਇੱਕ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋਈ ਹੈ, ਜੋ ਆਪਣੀ ਮਾਂ ਦੇ ਨਾਲ ਸਕੂਲ ਜਾ ਰਹੀ ਸੀ ਐਕਟਿਵਾ ਤੇ ਸਵਾਰ ਹੋ ਕੇ, ਤਾਂ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰੀ ਤੇ ਫਿਰ ਬੱਚੀ ਜੋ ਸੜਕ ਤੇ ਡਿੱਗੀ ਸੀ ਉਸਦੇ ਸਿਰ ਦੇ ਉੱਤੋਂ ਦੀ ਟਰੱਕ ਦਾ ਟਾਇਰ ਵੀ ਲੰਘਾ ਦਿੱਤਾ। ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਂ ਦੀਆਂ ਅੱਖਾਂ ਸਾਹਮਣੇ ਹੀ ਉਹਨਾਂ ਦੀ ਲਾਡਲੀ ਧੀ ਦੀ ਮੌਤ ਹੋ ਗਈ ਤੇ ਮਾਂ ਕੁਛ ਨਹੀਂ ਕਰ ਸਕੀ। ਹਾਦਸਾ ਮੋਹਾਲੀ ਦੇ ਜ਼ੀਰਕਪੁਰ ਦੇ ਸਿੰਘਪੁਰ ਚੌਂਕ 'ਚ ਵਾਪਰਿਆ, ਜਿੱਥੇ ਸਵੇਰੇ ਆਪਣੀ ਮਾਂ ਦੇ ਨਾਲ ਸਕੂਲ ਜਾ ਰਹੀ ਇਹ ਬੱਚੀ ਐਕਟਿਵਾ 'ਤੇ ਆਪਣੀ ਮਾਂ ਨਾਲ ਬੈਠੀ ਹੋਈ ਸੀ, ਤਾਂ ਪਿੱਛੋਂ ਆ ਰਹੇ ਇੱਕ ਟਰੱਕ ਨੇ ਪਹਿਲੇ ਟੱਕਰ ਮਾਰ ਦਿੱਤੀ ਤੇ ਫਿਰ ਸੜਕ 'ਤੇ ਡਿੱਗੀ ਹੋਈ ਇਸ ਬੱਚੀ ਦੇ ਸਿਰ ਦੇ ਉੱਤੋਂ ਦੀ ਟਾਇਰ ਲੰਘਾ ਦਿੱਤਾ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੜਕ ਸੁਰੱਖਿਆ ਫੋਰਸ ਮੌਕੇ 'ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਬੱਚੀ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਬੇਸੁੱਧ ਹੋਈ ਮਾਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ। ਮਾਂ ਹੋਸ਼ 'ਚ ਆਉਂਦੀ ਹੈ ਤਾਂ ਉਸਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ, ਕਿਉਂਕਿ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਆਪਣੀ ਲਾਡਲੀ ਧੀ ਨੂੰ ਦਮ ਤੋੜਦਿਆਂ ਦੇਖਿਆ ਇਸ ਮਾਂ ਨੇ, ਜਿਸ ਤੋਂ ਹੁਣੇ ਦੁੱਖ ਸਹਾਰ ਨਹੀਂ ਹੋ ਰਿਹਾ। ਦੱਸਿਆ ਜਾ ਰਿਹਾ ਕਿ ਇਹ ਬੱਚੀ 7ਵੀਂ ਜਮਾਤ ਦੇ ਵਿੱਚ ਪੜ੍ਹਦੀ ਸੀ ਤੇ ਇਸਦੀ ਮਾਂ ਇਸਨੂੰ ਸਕੂਲ ਛੱਡਣ ਜਾ ਰਹੀ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਹਾਲਾਂਕਿ ਉੱਥੇ ਹਾਦਸਾ ਦੇਖਣ ਵਾਲਿਆਂ ਦੇ ਵੀ ਰੌਂਗਟੇ ਖੜ੍ਹੇ ਹੋ ਗਏ। ਇੰਨਾ ਭਿਆਨਕ ਮੰਜ਼ਰ ਸੀ ਕਿ ਤਸਵੀਰਾਂ ਦਿਖਾਈਆਂ ਵੀ ਨਹੀਂ ਜਾ ਸਕਦੀਆਂ। ਫਿਲਹਾਲ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।